ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਹੌਟ ਸੀਟ ਜਲੰਧਰ ਵੈਸਟ ਸ਼ੁਰੂ ਹੋਈ ਵੋਟਿੰਗ, ਦਾਅ ਤੇ ਲੱਗੀ ਦਿੱਗਜ ਲੀਡਰਾਂ ਦੀ ਸਾਖ। ਸ਼ੀਤਲ ਅੰਗੁਰਾਲ ਦੇ ਅਸਤੀਫਾ ਦੇਣ ਤੋਂ ਬਾਅਦ ਸੀਟ ਹੋਈ ਸੀ ਖਾਲੀ। ਹਿਮਾਚਲ ਦੀਆਂ 3 ਵਿਧਾਨ ਸਭਾ ਸੀਟਾਂ ਤੇ ਵੋਟਿੰਗ ਹੋਈ ਸ਼ੁਰੂ। ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਕਰ ਰਹੇ ਨੇ ਵਰਤੋਂ। ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਲੱਗੀਆਂ ਕਤਾਰਾਂ। ਸੋਗ ਚ ਡੁੱਬੀ ਦੇਵ ਭੂਮੀ। ਕਠੂਆ ਅੱਤਵਾਦੀ ਹਮਲੇ ਚ ਸ਼ਹੀਦ ਹੋਏ 5 ਜਵਾਨਾਂ ਦੀਆਂ ਦੇਹਾਂ ਦੇਹਰਾਦੂਨ ਪਹੁੰਚੀਆਂ। ਮੁੱਖ ਮੰਤਰੀ ਧਾਮੀ ਨੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਵਿਧਾਨ ਸਭਾ ਹਲਕਾ ਜਲੰਧਰ ਵੈਸਟ ਵਿਚ ਜ਼ਿਮਨੀ ਚੋਣਾਂ ਤਹਿਤ ਪੋਲਿੰਗ ਸ਼ੁਰੂ ਹੋ ਗਈ ਹੈ ਤੇ ਲੋਕ ਪੋਲਿੰਗ ਸਟੇਸ਼ਨਾਂ ਤੇ ਪਹੁੰਚਣ ਲੱਗ ਪਏ ਨੇ। ਇਸ ਵੇਲੇ ਵਿਧਾਨ ਸਭਾ ਹਲਕਾ ਜਲੰਧਰ ਵੈਸਟ ਸਭ ਤੋਂ ਹੌਟ ਸੀਟ ਮੰਨਿਆ ਜਾ ਰਿਹਾ। ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸਤੀਫਾ ਦੇ ਕੇ ਭਾਜਪਾ ਚਲੇ ਗਏ ਸਨ। ਭਾਜਪਾ ਵੱਲੋਂ ਉਨ੍ਹਾਂ ਨੂੰ ਮੁੜ ਤੋਂ ਉਮੀਦਵਾਰ ਐਲਾਨਿਆ ਗਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤ ਅਤੇ ਪਿਛਲੀਆਂ ਚੋਣਾਂ 'ਚ ਭਾਜਪਾ ਵੱਲੋਂ ਚੋਣ ਲੜ ਚੁੱਕੇ ਮਹਿੰਦਰ ਭਗਤ ਤੇ ਦਾਅ ਖੇਡਿਆ ਗਿਆ। ਇਹ ਸੀਟ ਇਸ ਲਈ ਵੀ ਮਹੱਤਵਪੂਰਨ ਬਣ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਕਿਰਾਏ ਤੇ ਘਰ ਲੈ ਕੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਉਹਨਾਂ ਦੇ ਨਾਲ ਕੇ ਕੈਬਨਿਟ ਮੰਤਰੀਆਂ ਨੇ ਵੀ ਜਲੰਧਰ ਵੈਸਟ ਹੀ ਡੇਰੇ ਲਾਏ ਹੋਏ ਨੇ। ਉੱਥੇ ਹੀ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਜੰਮੂ ਦੇ ਕਠੂਆ 'ਚ ਕੁਰਬਾਨੀ ਦੇਣ ਵਾਲੇ ਉੱਤਰਾਖੰਡ ਦੇ 5 ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਦੇਰ ਸ਼ਾਮ ਦੇਹਰਾਦੂਨ ਹਵਾਈ ਅੱਡੇ ਤੇ ਲਿਆਂਦਾ ਗਿਆ, ਜਿੱਥੇ ਫੌਜੀ ਜਵਾਨਾਂ ਨੇ ਸ਼ਹੀਦਾਂ ਨੂੰ ਫੌਜੀ ਸਨਮਾਨਾਂ ਨਾਲ ਸਲਾਮੀ ਦਿੱਤੀ। ਰਾਜ ਦੇ ਸ਼ਹੀਦ ਨਾਇਬ ਸੂਬੇਦਾਰ ਆਨੰਦ ਸਿੰਘ ਵਾਸੀ ਰੁਦਰ ਪ੍ਰਯਾਗ, ਹੌਲਦਾਰ ਕਮਲ ਸਿੰਘ ਵਾਸੀ ਲੇਸ ਡਾਊਨ, ਨਾਇਕ ਵਿਨੋਦ ਸਿੰਘ ਵਾਸੀ ਟੀਰੀ ਗੜਵਾਲ ਤੇ ਰਾਈਫਲਮੈਨ ਅਨੁਜ ਨੇਗੀ ਵਾਸੀ ਰਿਖਨੀ ਕਲਾ ਤੇ ਰਾਈਫਲਮੈਨ ਆਦਰਸ਼ ਨੇਗੀ ਵਾਸੀ ਥਾਤੀ ਦਾਂਗਲ ਟੀਰੀ ਦੀਆਂ ਦੇਹਾਂ ਦੇਰ ਸ਼ਾਮ ਨੂੰ ਦੇਹਰਾਦੂਨ ਹਵਾਈ ਅੱਡੇ ਤੇ ਲਿਆਂਦੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਵਾਈ ਅੱਡੇ ਤੇ 5 ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ 5 ਬਹਾਦਰ ਜਵਾਨਾਂ ਦੀ ਕੁਰਬਾਨੀ ਦੇਸ਼ ਲਈ ਵੱਡਾ ਘੱਟ ਹੈ। ਜੰਮੂ 'ਚ ਅੱਤਵਾਦੀਆਂ ਦਾ ਹਮਲਾ ਕਾਇਰਤਾਪੂਰਨ ਹੈ ਤੇ ਅਸੀਂ ਇਸ ਦੀ ਨਿੰਦਾ ਕਰਦੇ ਤੇ ਸਾਡੇ ਸ਼ਹੀਦਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਏਗੀ ਤੇ ਦੇਸ਼ ਇਸ ਹਮਲੇ ਦਾ ਜਵਾਬ ਜ਼ਰੂਰ ਦੇਵੇਗਾ। ਹਿਮਾਚਲ ਦੀਆਂ 3 ਵਿਧਾਨ ਸਭਾ ਸੀਟਾਂ ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਹਿਮਾਚਲ ਦੀਆਂ 3 ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋ ਰਹੀਆਂ ਨੇ, ਜਿਸ ਵਿੱਚ ਡੇਰਾ, ਹਮੀਰਪੁਰ ਤੇ ਨਾਲਾਗੜ੍ਹ ਨੇ, ਜਿੱਥੇ ਕੁੱਲ 315 ਪੋਲਿੰਗ ਕੇਂਦਰਾਂ ਤੇ ਵੋਟਾਂ ਪੈਣ ਦਾ ਕੰਮ ਅਮਨੋ ਮਾਨ ਨਾਲ ਸ਼ੁਰੂ ਹੋ ਗਿਆ। ਵੋਟਰ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਪਹੁੰਚੇ। ਹਰ ਪੋਲਿੰਗ ਬੂਥ ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਹ ਵੀ ਦੱਸ ਦਈਏ ਕਿ ਸੂਬੇ ਦੀਆਂ 3 ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਉਪ ਚੋਣਾਂ 'ਚ ਕੁੱਲ 13 ਉਮੀਦਵਾਰਾਂ ਵਿਚਾਲੇ ਮੁਕਾਬਲਾ, ਡੇਰਾ ਤੋਂ 5, ਹਮੀਰਪੁਰ ਤੋਂ 3 ਤੇ ਨਾਲਾਗੜ੍ਹ ਤੋਂ 5 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਏਗਾ। ਲੋਕ ਸਭਾ ਚੋਣਾਂ ਦੇ 2 ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਵਿਧਾਨ ਸਭਾ ਉਪ ਚੋਣਾਂ ਹੋ ਰਹੀਆਂ ਨੇ।
ਬੰਗਾਲ 'ਚ ਮਹਿਲਾਵਾਂ ਤੇ ਲੜਕੀਆਂ ਨਾਲ ਦਰਿੰਦਗੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਉੱਤਰ 24 ਪਰਗਨਾ ਜ਼ਿਲ੍ਹੇ 'ਚ ਇੱਕ ਕਲੱਬ 'ਚ ਲੜਕੀ ਨੂੰ ਲਟਕਾ ਕੇ ਕੁਝ ਲੋਕਾਂ ਵੱਲੋਂ ਬੇਰਹਿਮੀ ਨਾਲ ਕੁੱਟਣ ਦੀ ਪੁਰਾਣੀ ਵੀਡੀਓ ਪ੍ਰਸਾਰਿਤ ਹੋਈ। ਇੰਟਰਨੈਟ ਮੀਡੀਆ ਤੇ ਪ੍ਰਸਾਰਿਤ ਵੀਡੀਓ 'ਚ ਦੇਖਿਆ ਜਾ ਸਕਦਾ ਕਿ ਕਮਰੇ 'ਚ ਨੌਜਵਾਨਾਂ ਨੇ ਮਿਲ ਕੇ ਲੜਕੀ ਦੇ ਹੱਥ ਪੈਰ ਦੋਵੇਂ ਪਾਸਿਓਂ ਫੜੇ ਹੋਏ ਤੇ ਦੋ ਲੋਕ ਡੰਡੇ ਨਾਲ ਉਸਦੀ ਕੁੱਟਮਾਰ ਕਰ ਰਹੇ ਨੇ। ਲੜਕੀ ਚੀਕਾਂ ਮਾਰ ਰਹੀ ਹੈ ਪਰ ਉਹਨਾਂ ਮੁੰਡਿਆਂ ਤੇ ਇਸਦਾ ਕੋਈ ਅਸਰ ਨਹੀਂ ਪੈ ਰਿਹਾ ਤੇ ਲਗਾਤਾਰ ਉਸਦੀ ਕੁੱਟਮਾਰ ਕਰ ਰਹੇ ਨੇ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬੈਰਕਪੁਰ ਕਮਿਸ਼ਨਰੇਟ ਪੁਲਿਸ ਨੇ ਇਸ ਨੂੰ 2 ਸਾਲ ਪੁਰਾਣਾ ਕੇਸ ਦੱਸਦੇ ਹੋਏ ਮਾਮਲਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਦੱਸਦੀਏ ਕਿ ਉੱਤਰ ਦਿਨਾਜਪੁਰ ਦੇ ਚੋਪੜਾ 'ਚ ਇੱਕ ਪ੍ਰੇਮੀ ਜੋੜੇ ਦੀ ਸ਼ਰੇਆਮ ਕੁੱਟਮਾਰ ਦੀ ਹਾਲ ਹੀ 'ਚ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਗੁੱਸੇ ਦੀ ਲਹਿਰ ਸੀ ਤੇ ਵੀਡੀਓ 'ਚ ਜੋੜੇ ਦੀ ਡੰਡਿਆਂ ਨਾਲ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਹੇ ਵਿਅਕਤੀ ਦੀ ਪਛਾਣ ਤ੍ਰਿਣਮੂਲ ਕਾਂਗਰਸ ਦੇ ਨੇਤਾ ਤਾਜਮੁਲ ਉਰਫ JCB ਵਜੋਂ ਹੋਈ। ਉਨਾਓ 'ਚ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਤੜਕੇ ਇੱਕ ਭਿਆਨਕ ਹਾਦਸਾ ਵਾਪਰਿਆ। ਬੇਟਾ ਮੁਜਾਵਰ ਇਲਾਕੇ ਦੇ ਪਿੰਡ ਗੜਾ ਨੇੜੇ ਸਲੀਪਰ ਬੱਸ ਪਿੱਛੇ ਤੋਂ ਆ ਰਹੇ ਦੁੱਧ ਦੇ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ 'ਚ ਇੱਕ ਬੱਚੇ ਸਮੇਤ 18 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 20 ਲੋਕ ਜ਼ਖਮੀ ਹੋਏ ਨੇ। SDM ਨਮਰਤਾ ਸਿੰਘ ਨੇ ਪਹਿਲਾਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤੇ ਫਿਰ CHC 'ਚ ਜ਼ਖਮੀਆਂ ਤੋਂ ਜਾਣਕਾਰੀ ਲਈ। ਡਾਕਟਰਾਂ ਨੂੰ ਇਲਾਜ ਲਈ ਹਦਾਇਤਾਂ ਦਿੱਤੀਆਂ ਗਈਆਂ ਨੇ। ਹਾਦਸਾ ਸਵੇਰੇ ਕਰੀਬ 5:30 ਵਜੇ ਵਾਪਰਿਆ। ਸਲੀਪਰ ਬੱਸ ਪਿੱਛੇ ਤੋਂ ਅੱਗੇ ਜਾ ਰਹੇ ਦੁੱਧ ਦੇ ਟੈਂਕਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਰੌਲਾ ਪੈ ਗਿਆ। UPDA ਦੇ ਕਰਮਚਾਰੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਥਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰਾਹਗੀਰਾਂ ਦੀ ਮਦਦ ਨਾਲ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਭੇਜ ਸਿੰਘ ਦੀ ਅਮਰੀਕਾ ਵਿੱਚ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਗੁਰਭੇਜ ਸਿੰਘ ਪਰਿਵਾਰ ਦਾ ਸਭ ਤੋਂ ਵੱਡਾ ਬੇਟਾ ਸੀ। ਜਾਣਕਾਰੀ ਦਿੰਦੇ ਹੋਏ ਗੁਰਭੇਜ ਦੇ ਪਿਤਾ ਰਘਵੀਰ ਸਿੰਘ ਨੇ ਦੱਸਿਆ ਕਿ ਉਸਦਾ ਬੱਚਾ ਗੁਰਭੇਜ 2015 'ਚ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ ਤੇ ਕੈਲੀਫੋਰਨੀਆ ਸ਼ਹਿਰ 'ਚ ਰਹਿੰਦਾ ਸੀ। ਗੁਰਭੇਜ ਬਹੁਤ ਹੋਣਹਾਰ ਤੇ ਖੁਸ਼ਦਿਲ ਲੜਕਾ ਸੀ। ਰਘਵੀਰ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਗੁਰਭੇਜ ਸੜਕ ਹਾਦਸੇ 'ਚ ਜ਼ਖਮੀ ਹੋ ਗਿਆ ਸੀ ਪਰ ਉਹ ਹੁਣ ਠੀਕ ਸੀ। 3 ਦਿਨ ਪਹਿਲਾਂ ਹੀ ਉਸਦਾ ਫੋਨ ਵੀ ਆਇਆ ਸੀ ਤੇ ਬਹੁਤ ਖੁਸ਼ ਸੀ ਤੇ ਉਸਨੇ ਆਪਣੇ ਛੋਟੇ ਬੇਟੇ ਦਾ ਵਿਆਹ ਤੈਅ ਕਰ ਲਿਆ ਸੀ ਤੇ ਗੁਰਭੇਜ ਕਹਿ ਰਿਹਾ ਸੀ ਕਿ ਉਹ ਵਿਆਹ ਵਿੱਚ ਜ਼ਰੂਰ ਆਏਗਾ ਪਰ ਸਾਰੇ ਪਰਿਵਾਰ ਵਾਲੇ ਉਸਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਕਿ ਗੁਰਭੇਜ ਦੀ ਮਾਂ ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਸਦਮੇ 'ਚ ਤੇ ਗੁਰਭੇਜ ਦੇ ਪਿਤਾ ਨੇ ਦੱਸਿਆ ਕਿ ਉਸਦਾ ਛੋਟਾ ਲੜਕਾ ਕੈਨੇਡਾ ਰਹਿੰਦਾ ਹੈ ਤੇ ਆਪਣੇ ਭਰਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਅਮਰੀਕਾ ਚਲਾ ਗਿਆ। ਉੱਥੇ ਜਾਣ ਤੋਂ ਬਾਅਦ ਹੀ ਪਤਾ ਚੱਲਿਆ ਕਿ ਗੁਰਭੇਜ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਏਗੀ ਤਾਂ ਉਸਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਵੇ। ਮੇਰੇ ਡੈਡੀ ਨੂੰ ਆਖੋ ਮੈਨੂੰ ਇੱਥੇ ਛੁੱਟੀ ਦਵਾਵੇ ਤੇ ਮੈਂ ਆ ਜਾਵਾਂਗਾ। ਮੈਨੂੰ ਦਿਲਾਸਾ ਦਿੱਤਾ ਉਹਨੇ ਕਿ ਮੈਂ ਜ਼ਰੂਰ ਆਵਾਂਗਾ ਤੇ ਉਸ ਤੋਂ ਬਾਅਦ ਬਹੁਤਾ ਚਿਰ ਮੈਂ ਗੱਲ ਨਹੀਂ ਕਰ ਸਕਦਾ, ਬਿਮਾਰ ਰਹਿੰਦਾ ਮੈਂ। ਗੱਲਾਂ ਬਾਤਾਂ ਕਰਕੇ ਮੈਂ ਉਹਦੀ ਮਾਤਾ ਨੂੰ ਬੜਾ ਦਿੱਤਾ, ਹੱਸਦਾ ਬੜਾ, ਪਾਪਾ ਤੂੰ ਤਕੜਾ ਅਜੇ ਕਈ ਗੱਲਾਂ ਕੀਤੀਆਂ ਉਹਨੇ। ਮੈਂ ਕਿਹਾ ਮੈਂ ਬਜ਼ੁਰਗ ਹੋ ਗਿਆ, ਮੈਂ ਚਲੇ ਜਾਣਾ ਤੇ ਤੁਸੀਂ ਹੁਣ ਵਿਆਹ ਵੀ ਤੁਹਾਡੇ ਹੋ ਜਾਣਾ ਤੇ ਉਹ ਕਹਿੰਦਾ ਨਹੀਂ ਉਹ ਨਹੀਂ ਜਾਂਦਾ, ਮੈਂ ਆ ਜਾਣਾ ਮਿਲਾਂਗਾ ਜੇ ਤੈਨੂੰ। ਉਸ ਤੋਂ ਬਾਅਦ ਹੱਸਦਾ ਰਿਹਾ ਹੱਸਦਾ, ਮੈਂ ਵੀ ਬੰਦ ਕਰਤਾ, ਪਤਾ ਨਹੀਂ ਸੁਣਿਆ ਕਹਿੰਦਾ ਕੰਮ ਲੱਗਾ ਸੀ ਮਿਸਤਰੀਆਂ ਦਾ, ਮੈਂ ਉੱਥੇ ਲੱਗਿਆ ਘਰ। ਬਹੁਤ ਚੰਗਾ ਬੱਚਾ, ਆਪਣੇ ਹੱਥਾਂ ਨਾਲ ਕਢਾਇਆ।
ਫਾਜ਼ਿਲਕਾ ਦੇ ਸੀਨੀਅਰ ਕਪਤਾਨ ਪੁਲਿਸ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਬ ਡਿਵੀਜ਼ਨ ਸੁਬੇਗ ਸਿੰਘ ਦੀ ਗਰਾਨੀ ਹੇਠ ਐਸਆਈ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਖੂਹੀ ਖੇੜਾ ਵਾਲੇ ਇੱਕ ਵਿਅਕਤੀ ਨੂੰ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਐਸਪੀ ਰਮਨੀਸ਼ ਕੁਮਾਰ ਨੇ ਦੱਸਿਆ ਕਿ ਵਿਸ਼ਵਦੀਪ ਦਾ ਬਿਆਨ ਕਲਮਬੱਧ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਤੇ ਐਸਪੀ ਰਮਨੀਸ਼ ਕੁਮਾਰ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮੁਕੱਦਮੇ ਦੇ ਮੁੱਖ ਦੋਸ਼ੀ ਸਿਕੰਦਰ ਨੂੰ ਪੁਲਿਸ ਪਾਰਟੀ ਵੱਲੋਂ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਮੁਕੱਦਮੇ ਦੇ ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ, ਜਿਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਇੱਕ FIR ਨੰਬਰ 56 ਜੋ ਕਿ ਕੱਲ੍ਹ ਦਰਜ ਹੋਈ ਸੀ ਅੰਡਰ ਸੈਕਸ਼ਨ 109, 124, 191, 190 ਅੰਡਰ BNS, ਅਤੇ ਇਸਦੇ ਵਿੱਚ ਇੱਕ ਜਿਹੜਾ ਵਿਅਕਤੀ ਸੀਗਾ ਉਸਦੇ ਸਹੁਰੇ ਪਰਿਵਾਰ ਨੇ ਉਹਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸਦੇ ਤਹਿਤ ਅਸੀਂ ਫਾਜ਼ਿਲਕਾ ਪੁਲਿਸ ਨੇ 24 ਘੰਟੇ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸਦਾ ਨਾਮ ਹੈ ਸਿਕੰਦਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਹੀਰਾਵਾਲੀ। ਇਸ ਵਿੱਚ ਜ਼ਿਕਰ ਯੋਗ ਇਹ ਚੀਜ਼ ਹੈ ਕਿ ਜਿਹੜਾ ਇਹ ਵਿਅਕਤੀ ਸੀ ਇਸਦਾ ਨਾਮ ਵਿਸ਼ਵਦੀਪ ਹੈ, ਜਿਹੜੀ ਇਸਦੀ ਵਾਈਫ ਹੈ, ਕਾਫੀ ਦਿਨਾਂ ਤੋਂ ਆਪਣੇ ਪੇਕੀ ਪਰਿਵਾਰ ਗਈ ਹੋਈ ਸੀ ਜੋ ਕਿ ਇਹਨਾਂ ਰੁਸਕੀ ਗਈ ਹੋਈ ਸੀ, ਅਤੇ ਉਸਨੂੰ ਲੈਣ ਦੇ ਲਈ ਇਹ ਵਿਸ਼ਵਦੀਪ ਆਪਣੇ ਸਹੁਰੇ ਪਰਿਵਾਰ ਗਿਆ ਸੀਗਾ, ਅਤੇ ਉੱਥੇ ਕੋਈ ਇਹਨਾਂ ਦੀ ਅਣਬਣ ਹੋਈ ਅਤੇ ਉਸਦੇ ਚੱਲਦੇ ਜਿਹੜਾ ਇਹਨਾਂ ਦਾ ਸਾਲਾ ਹੈਗਾ ਸਿਕੰਦਰ, ਉਸਨੇ ਕੋਈ ਡੀਜ਼ਲ ਨੁਮਾ ਜਾਂ ਕੋਈ ਜਿਹੜੀ ਜਵਲਨਸ਼ੀਲ ਪਦਾਰਥ ਹੈ ਉਹ ਉਸ ਉੱਤੇ ਗਿਰਾ ਕੇ ਉਸਨੇ ਇਹਨਾਂ ਨੂੰ ਅੱਗ ਲਗਾਤੀ, ਅਤੇ ਜਿਸਦੇ ਤਹਿਤ ਇਹਦਾ ਜਿਹੜਾ ਵਿਸ਼ਵਦੀਪ ਹੈ ਅੰਡਰ ਅਬਜ਼ਰਵੇਸ਼ਨ ਚੱਲ ਰਿਹਾ ਹਸਪਤਾਲ ਵਿੱਚ, ਅਤੇ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਦੀ ਤਲਾਸ਼ ਜਾਰੀ ਹੈ। ਪੰਜਾਬ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਨੇ, ਦਿੱਲੀ ਦੀ ਤਰਸ ਤੇ ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਪਰ ਗੁਰਦਾਸਪੁਰ ਦੇ ਪਿੰਡ ਪਨਵਾਂ ਦੇ ਆਂਗਨਵਾੜੀ ਸੈਂਟਰ 'ਚ ਪਿਛਲੇ 6 ਮਹੀਨਿਆਂ ਤੋਂ ਲਾਈਟ ਨਾ ਹੋਣ ਕਾਰਨ ਇਸ ਅੱਤ ਦੀ ਗਰਮੀ 'ਚ ਬੱਚਿਆਂ ਤੇ ਅਧਿਆਪਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲਾਈਟ ਨਾ ਹੋਣ ਕਾਰਨ ਬੱਚੇ ਤੇ ਅਧਿਆਪਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਨੇ। ਇਹ ਜਾਣਕਾਰੀ ਦਿੰਦੇ ਹੋਏ ਆਂਗਨਵਾੜੀ ਸੈਂਟਰ ਦੀ ਇੰਚਾਰਜ ਰਵਿੰਦਰ ਕੌਰ ਨੇ ਦੱਸਿਆ ਕਿ ਸੈਂਟਰ ਵਿੱਚ 15 ਦੇ ਕਰੀਬ ਬੱਚੇ ਪੜ੍ਹਦੇ ਨੇ, ਪਰ ਇਸ ਸੈਂਟਰ ਵਿੱਚ 6 ਮਹੀਨਿਆਂ ਤੋਂ ਲਾਈਟ ਨਾ ਹੋਣ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਲਈ ਨਹੀਂ ਭੇਜਦੇ, ਕਿਉਂਕਿ ਜਿੰਨੀ ਅੱਤ ਦੀ ਗਰਮੀ ਪੈ ਰਹੀ ਹੈ ਇਸ ਗਰਮੀ ਕਾਰਨ ਪੱਖੇ ਨਾ ਚੱਲਣ ਕਾਰਨ ਬੱਚੇ ਬੇਹੋਸ਼ ਵੀ ਹੋ ਜਾਂਦੇ ਨੇ। ਇਸ ਕਾਰਨ ਮਾਪੇ ਹੁਣ ਇਸ ਸੈਂਟਰ ਵਿੱਚ ਆਪਣੇ ਬੱਚੇ ਭੇਜਣ ਤੋਂ ਗੁਰੇਜ਼ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਸੈਂਟਰ ਵਿੱਚ ਲਾਈਟ ਨਾ ਹੋਣ ਕਾਰਨ ਬੱਚਿਆਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਅਤੇ ਹੁਣ ਤੱਕ ਕਿਸੇ ਵੀ ਨੁਮਾਇੰਦੇ ਨੇ ਇਸ ਸੈਂਟਰ ਦੀ ਸਾਰ ਤੱਕ ਨਹੀਂ ਲਈ। ਇਸੇ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੈਂਟਰ ਵਿੱਚ ਜਲਦ ਤੋਂ ਜਲਦ ਲਾਈਟ ਦਾ ਬੰਦੋਬਸਤ ਕੀਤਾ ਜਾਵੇ। ਮੇਰਾ ਨਾਮ ਰਵਿੰਦਰ ਕੌਰ। ਕਿਹੜਾ ਪਿੰਡ ਦੇ ਕਿਹੜਾ ਸੈਂਟਰ ਹੈ? ਇਹ ਪਨਵਾ ਆਂਗਨਵਾੜੀ ਸੈਂਟਰ ਆ, 2 ਆ ਮੇਰਾ। ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ, 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ। ਤੇ ਬੱਚੇ ਸਾਡੇ ਕੋਲ 15 ਨੇ, ਤੇ ਕੁਛ ਆਉਂਦੇ ਆ ਕੁਛ ਨਹੀਂ ਆਉਂਦੇ ਲਾਈਟ ਦੇ ਕਰਕੇ, ਕਿਉਂਕਿ ਮਾਂ ਪਿਓ ਫਿਰ ਭੇਜਦੇ ਨਹੀਂ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ, ਪੱਖੇ ਤੋਂ ਬਗੈਰ ਜਿੱਦਾਂ ਬੱਚੇ ਬੇਹੋਸ਼ ਵੀ ਹੋ ਸਕਦੇ ਨੇ। ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬਹਿ ਸਕੀਏ। ਨਹੀਂ ਕੋਈ ਨੀ, ਸਾਡੇ ਸਾਨੂੰ ਕੋਈ ਪੁੱਛ ਗਿੱਛ ਕਰਨ ਆਇਆ ਹੀ ਨੀ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੀ ਆ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ।
ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।